ਦੇਖੋ ਭਾਈ ਬਲਵੰਤ ਸਿੰਘ ਰਾਜੋਵਾਲਾ ਜਾਂ ਜਗਤਾਰ ਸਿੰਘ ਹਵਾਰਾ ਦੋਵਾਂ ਨੂੰ ਛੱਡਣਾ ਚਾਹੀਦਾ ਹੈ। ਇਹ ਕੋਈ ਇਨਸਾਨ ਨੇ ਕਹਿ ਤਾਂ ਨਹੀਂ ਹੈ ਕਿ ਵੀ ਇਨਸਾਨ ਤੋਂ ਬਾਹਰ ਨੇ ਕੋਈ। ਅਤੇ ਬੁੜੈਲ ਜੇਲ੍ਹ ਦੇ ਵਿੱਚ ਇਹਨਾਂ ਦਾ ਜਿਹੜਾ ਲਿੰਕ ਸੀਗਾ ਭਾਈ ਜਗਤਾਰ ਸਿੰਘ ਹਵਾਰਾ ਨਾਲ ਹੋ ਗਿਆ ਸੀ, ਮਤਲਬ ਉੱਥੇ ਇਕੱਠੇ ਰਹਿੰਦੇ ਸੀ, ਉੱਠਣਾ ਬੈਠਣਾ ਇਕੱਠਿਆਂ ਦਾ ਸੀਗਾ। ਤਾਂ ਉਸ ਟਾਈਮ ਛੋਟੇ ਸੀਗੇ, ਇਹ ਪੜ੍ਹਦੇ ਹੀ ਸੀਗੇ, ਸਕੂਲ ਟਾਈਮ ਸੀਗੇ ਜਦੋਂ ਇਹਨਾਂ ਨੂੰ ਅਰੈਸਟ ਪੈਂਦੀ ਹੈ। ਕੇਂਦਰ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਕੈਦੀ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਦੇ ਹੋਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਣੇ 8 ਸਿੱਖ ਕੈਦੀ ਨੂੰ ਰਿਹਾ ਕੀਤਾ ਗਿਆ। ਸਿੱਖ ਜਥੇਬੰਦੀਆਂ ਵੱਲੋਂ ਕਾਫੀ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਬਰਗਾੜੀ 'ਚ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲਗਾਇਆ ਗਿਆ ਸੀ, ਜਿਨ੍ਹਾਂ ਨੂੰ ਭਰੋਸਾ ਦੇ ਕੇ ਮੋਰਚਾ ਖਤਮ ਕਰਵਾ ਦਿੱਤਾ ਸੀ। 8 ਸਿੱਖ ਕੈਦੀਆਂ ਵਿੱਚੋਂ 3 ਸਿੱਖ ਕੈਦੀ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸਨ, ਜਿਨ੍ਹਾਂ 'ਚੋਂ 1 ਸਨ ਆਨੰਦ ਸਿੰਘ। ਜੇਲ੍ਹ ਤੋਂ ਬਾਹਰ ਆਉਂਦਿਆਂ ਆਨੰਦ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਰੀਆਂ ਸਿੱਖ ਜਥੇਬੰਦੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਨੇ। ਆਨੰਦ ਸਿੰਘ ਨੇ ਦੱਸਿਆ ਕਿ ਉਸਦੇ 4 ਮਾਮਲੇ ਦਰਜ ਸਨ ਤੇ ਉਹ 3 'ਚੋਂ ਬਰੀ ਹੋ ਗਿਆ, ਤੇ ਨਾਲ ਹੀ ਉਹਨਾਂ ਨੇ ਹੋਰ ਸਿੱਖ ਕੈਦੀਆਂ ਭਾਈ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ ਸਮੇਤ ਹੋਰ ਸਿੱਖ ਕੈਦੀਆਂ ਦੀ ਰਿਹਾ ਦੀ ਮੰਗ ਕੀਤੀ ਹੈ। ਸਭ ਤੋਂ ਪਹਿਲਾਂ ਸਿੱਖ ਜਥਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਰਹੀ ਵਾਸਤੇ, ਫਿਰ ਦੋਵੇਂ ਸਰਕਾਰਾਂ ਦਾ, ਸਰਦਾਰ ਬਲਬੀਰ ਸਿੰਘ ਜੀ ਬੈਂਸ ਸਾਹਿਬ ਇੰਗਲੈਂਡ ਵਾਲੇ ਜਿਹੜੇ ਸਿੱਖ ਰਿਲੀਫ ਫੰਡ ਵਾਲੇ ਨੇ, ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਜਿੰਨੀ ਵੀ ਸਿੱਖ ਜਨਤਾ, ਜਿੰਨੇ ਬਾਪੂ ਸੂਰ ਸਿੰਘ ਦਾ ਧੰਨਵਾਦ ਕੀਤਾ ਜਾਂਦਾ ਹੈ, ਬਾਕੀ ਮੀਡੀਆ ਧੰਨਵਾਦ ਕੀਤਾ ਜਾਂਦਾ, ਮੀਡੀਆ ਨੇ ਵੱਧ ਤੋਂ ਵੱਧ ਖਬਰ ਨਿਊਜ਼ ਲੋਕਾਂ ਤੱਕ ਪਹੁੰਚਾਈ ਹੈ, ਸਾਰੀ ਸਿੱਖ ਜਨਤਾ ਦਾ ਧੰਨਵਾਦ ਕੀਤਾ ਜਾਂਦਾ ਹੈ। ਹੁਣ ਤੱਕ ਦੀ ਗੱਲ ਕੀਤੀ ਜਾਵੇ, ਸਫ਼ਰ ਦੀ ਕਿੰਨਾ ਕੁ ਚਿਰ ਹੋਗਾ ਤੁਹਾਨੂੰ ਅੰਦਰ ਬੰਦ ਕੀਤੇ? ਮੈਨੂੰ 25 ਸਾਲ ਦੇ ਕਰੀਬ ਹੋ ਗਏ ਅੰਦਰ। ਕਿਹੜੇ ਕਿਹੜੇ ਕੇਸ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇੰਨੀ ਸਜ਼ਾ ਹੋਈ? 302 ਦੇ ਵਿੱਚ ਟਾਟਾ 'ਚ ਰਿਹਾ, 1993 'ਚ ਮੈਂ ਰਿਹਾ। ਹਾਂਜੀ। ਜੇਲ੍ਹ ਬ੍ਰੇਕ ਕੇਸ ਦੇ ਵਿੱਚ 2004 'ਚ ਕੇਸ ਸੀ ਮੇਰੇ 'ਤੇ। ਅੱਛਾ। ਇੱਕ ਰਫਲਾ ਕੇਸ ਸੀ ਮੇਰੇ 'ਤੇ 1993 ਦਾ ਹੀ ਸ਼ਾਇਦ। ਹੁਣ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਬਸ ਜਿਵੇਂ ਮਾਰਦੇ ਉਹ ਪਾਣਾ ਸੀ, ਉਹ ਤਾਂ ਮਾਰਦਾ ਵੀ ਮਾਰਦਾ ਪਾਣਾ ਹੀ ਹੈ, ਨਾ ਤੁਸੀਂ ਮੈਨੂੰ ਕਿਹੜਾ, ਨਾ ਮੈਨੂੰ ਕਿਹੜਾ ਕਰਨ ਵਾਲਾ, ਤਾਂ ਗੁਰੂ ਨਾਨਕ ਸਾਹਿਬ ਜੀ ਨੇ। ਜੇ ਹੁਣ ਤੁਸੀਂ 12 ਉਸ ਦੌਰ ਦੀ ਗੱਲ ਕੀਤੀ ਜਾਵੇ, ਕਿੱਦਾਂ ਦਾ ਲੱਗਦਾ ਜੀ ਹੁਣ ਦੀ ਗੱਲ ਕੀਤੀ ਜਾਵੇ ਸਫ਼ਰ ਦੀ? ਸਫ਼ਰ ਤਾਂ ਦੇਖੋ ਜੇਲ੍ਹ ਦਾ ਤਾਂ ਮਾੜਾ ਹੁੰਦਾ ਹੈਗਾ, ਜੇਲ੍ਹ ਨੂੰ ਆਪਾਂ ਚੰਗਾ ਤਾਂ ਕਹਿ ਨਹੀਂ ਸਕਦੇ, ਪਰ ਗੁਰਸਿੱਖ ਨੂੰ ਤਾਂ ਮਾਰਦਾ ਭਾਣਾ ਮੰਨਣਾ ਪੈਣਾ, ਤੁਸੀਂ ਵੀ ਗੁਰਸਿੱਖ ਹੋ ਤੇ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਅਤੇ ਭਾਣੇ ਦਾ ਹੁਕਮ ਹੁੰਦਾ ਸਭ ਬਾਹਰ ਹੁਕਮ ਨਾ ਕੋਈ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਨੱਕ ਨਾਥ ਖਸਮਤ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸਾਚੇ। ਇਹ ਤਾਂ ਸਾਡੇ ਹੋਰ ਸਰਕਾਰ ਨੂੰ ਕੀ ਮੈਸੇਜ ਦੇਣ ਜਾਂਦੇ? ਹੋਰ ਵੀ ਜਿਹੜੇ ਹੈਗੇ ਨੇ ਕਾਫੀ ਜ਼ਿਲ੍ਹਾ ਕਰ ਚੁੱਕੇ ਨੇ, ਸਾਰਿਆਂ ਨੂੰ ਰਿਲੀਫ ਮਿਲਣੀ ਚਾਹੀਦੀ, ਸਾਰਿਆਂ ਨੂੰ ਛੱਡਣਾ ਚਾਹੀਦਾ, ਸਾਰੇ ਜਿਹੜੇ ਹੋਰ ਵੀ ਕੇਸ ਵਾਲੇ ਨੇ ਉਹਨਾਂ ਨੂੰ ਵੀ ਛੱਡਣਾ ਚਾਹੀਦਾ ਹੈਗਾ। ਭਾਈ ਬਲਵੰਤ ਸਿੰਘ ਰਾਜੋਵਾਲਾ ਵੀ ਅੰਦਰ ਨੇ, ਕੀ ਸਿਆਣਾ ਦੇਣ ਦੇ ਬਾਰੇ? ਦੇਖੋ ਭਾਈ ਬਲਵੰਤ ਸਿੰਘ ਰਾਜੋਵਾਲਾ ਜਾਂ ਜਗਤਾਰ ਸਿੰਘ ਹਵਾਰਾ ਦੋਵਾਂ ਨੂੰ ਛੱਡਣਾ ਚਾਹੀਦਾ ਹੈਗਾ, ਜਗਤਾਰ ਸਿੰਘ ਤਾਰੇ ਨੂੰ ਵੀ ਰਿਲੀਜ਼ ਕਰਨਾ ਚਾਹੀਦਾ, ਇਹ ਵੀ ਇਹਨਾਂ ਦਾ ਵੀ ਅਧਿਕਾਰ ਹੈ ਪੂਰਾ। ਇਹ ਕੋਈ ਇਨਸਾਨ ਨੇ ਕਹਿ ਤਾਂ ਨਹੀਂ ਹੈ ਕਿ ਵੀ ਇਨਸਾਨ ਤੋਂ ਬਾਹਰ ਨੇ ਕੋਈ। ਸਿੱਖ ਜਗਤ ਨੂੰ ਕੀ ਮੈਸੇਜ ਦੇਣਾ ਚਾਹੁੰਦਾ? ਸਿੱਖ ਸੰਗਤਾਂ ਦੇਖ ਰਹੀ ਹੈ, ਸਿੱਖ ਜਗਤ ਦਾ ਬਹੁਤ ਹੀ ਤਹਿ ਦਿਲ ਧੰਨਵਾਦ ਕੀਤਾ ਜਾਂਦਾ, ਜਿਹਨੇ ਵੀ ਜਿਵੇਂ ਬਾਪੂ ਸੂਰ ਸਿੰਘ ਹੋ ਗਿਆ, ਗੁਰਬਖਸ਼ ਸਿੰਘ ਹੋ ਗਏ, ਹੋਰ ਜਿੰਨੀ ਵੀ ਸਿੱਖ ਜਨ ਜਿਹਨਾਂ ਨੇ ਧਰਨੇ ਲਾਏ ਨੇ, ਜਿਹਨੇ ਜਿੱਥੇ ਵੀ ਬੈਠ ਕੇ ਅਰਦਾਸ ਕੀਤੀ ਹੈ, ਸਭ ਤੋਂ ਜ਼ਿਆਦਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜੇ ਦੇ ਸੰਬੰਧ 'ਚ ਇਹ ਕੰਮ ਉਪਰਾਲਾ ਹੋਇਆ, ਉਹਦਾ ਧੰਨਵਾਦ ਕੀਤਾ ਮਹਾਰਾਜ ਲੱਖ ਲੱਖ। ਕਿਹੜੀ ਸਰਕਾਰ ਜ਼ਿਆਦਾ ਧੰਨਵਾਦ ਕਰਦਾ, ਅਕਾਲੀ ਅਤੇ ਕਾਂਗਰਸ ਦਾ? ਦੇਖੋ ਨਾ ਅਕਾਲੀ ਨਾ ਕਾਂਗਰਸ, ਪਹਿਲਾਂ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਧੰਨਵਾਦ ਕੀਤਾ ਜਾਂਦਾ, ਬਾਕੀ ਸਰਕਾਰਾਂ ਬਾਅਦ 'ਚ ਨੇ। ਕਾਂਗਰਸ ਸਰਕਾਰ ਦਾ ਮੌਕੇ 'ਤੇ ਕੰਮ ਹੋਇਆ, ਕਾਂਗਰਸ ਸਰਕਾਰ ਧੰਨਵਾਦ ਕੀਤਾ, ਕਾਂਗਰਸ ਦਾ ਨਹੀਂ ਕੈਪਟਨ ਸਾਹਿਬ ਦਾ, ਮੋਦੀ ਸੈਂਟਰ 'ਚੋਂ ਮੋਦੀ ਸਾਹਿਬ ਦਾ। ਹੁਣ ਜੇ ਕੋਈ ਬੀਜੇਪੀ 'ਚ ਹਜ਼ਾਰਾਂ ਬੰਦੇ ਨੇ, ਕਾਂਗਰਸ 'ਚ ਹਜ਼ਾਰਾਂ ਬੰਦੇ ਜੋ ਸਿੱਖਾਂ ਦੇ ਖਿਲਾਫ਼ ਨੇ, ਮੈਂ ਕੋਈ ਐਸਾ ਸ਼ਬਦ ਨਹੀਂ ਕਹਿਣਾ ਚਾਹੁੰਦਾ ਕਿ ਜਿਹੜਾ ਸਾਨੂੰ ਕੱਲ੍ਹ ਨੂੰ ਕੋਈ ਪ੍ਰੋਬਲਮ ਖੜੀ ਹੋਵੇ। ਅੱਜ ਤੁਸੀਂ ਪੂਰੀ ਤਰ੍ਹਾਂ ਤੁਹਾਨੂੰ ਆਜ਼ਾਦੀ ਮਿਲੀ ਆ, ਹਾਂਜੀ, ਨਵੀਂ ਜ਼ਿੰਦਗੀ ਨੂੰ ਜੀਣ ਵਾਸਤੇ ਕੁਛ ਕੁਛ ਅਲੱਗ ਤਰ੍ਹਾਂ ਦੇ ਕੁਛ ਵਿਚਾਰ ਆਏ, ਕੁਛ ਕਿੱਦਾਂ ਦਾ ਸੋਚਿਆ? ਨਹੀਂ ਨਵੀਂ ਪੁਰਾਣੀ ਵਾਲੀ ਤਾਂ ਗੱਲ ਹੀ ਕੋਈ ਨਹੀਂ, ਉੱਥੇ ਵੀ ਗੁਰਸਿੱਖੀ ਜੀਵਨ, ਜਿੱਥੇ ਵੀ ਗੁਰਸਿੱਖੀ ਜੀਵਨ ਰਹੇਗਾ, ਤੁਹਾਨੂੰ ਮੇਰੇ 'ਚ ਕੋਈ ਚੇਂਜ ਦਿਖਦਾ? ਬਸ ਸਿੰਪਲ ਹੈ। ਆਨੰਦ ਸਿੰਘ ਦੇ ਬਾਹਰ ਆਉਣ ਤੇ ਵਕੀਲ ਕੁਲਵਿੰਦਰ ਕੌਰ ਨੇ ਕੀ ਕਿਹਾ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਇਹ ਜੀ 1995 ਦਾ ਕੇਸ ਹੈ, ਇਹਦਾ 302 ਦਾ ਹੈਗਾ ਹੈ। ਤਾਂ 1995 ਤੋਂ ਲੈ ਕੇ ਇਹ ਮਤਲਬ ਅੰਦਰ ਹੀ ਨੇ, ਤਾਂ ਇਹਨਾਂ ਨੂੰ 27-28 ਸਾਲ ਹੋ ਗਏ ਆ ਅੰਦਰ, ਮਤਲਬ ਕਿ ਜਿਹੜੀ ਇਹਨਾਂ ਨੂੰ ਜੇਲ੍ਹ ਦੇ ਵਿੱਚ ਦੱਸੋ। ਇਹਨਾਂ ਦੀ 2014 ਦੇ ਵਿੱਚ ਵੀ ਅਸੀਂ ਇੱਕ ਪ੍ਰੀ ਮਚੋਰ ਰਿਲੀਜ਼ ਜਿਹੜੀ ਆ ਉਹਦੇ ਵਾਸਤੇ ਰਿਟ ਪਟੀਸ਼ਨ ਪਾਈ ਸੀ, 14 ਤੋਂ ਫਿਰ 15 'ਚ ਪਾਈ, ਫਿਰ 16 'ਚ, 4-5 ਵਾਰਾਂ ਮਤਲਬ ਕਿ ਇਹਦੀ ਰਿਟ ਪਟੀਸ਼ਨ ਸਾਨੂੰ ਪਾਉਣੀ ਪਈ, ਕਿਉਂਕਿ ਇਹਦੀ ਜਿਹੜੀ ਪੁਲਿਸ ਰਿਪੋਰਟ ਸੀ ਉਹ ਨੈਗੇਟਿਵ ਜਾਂਦੀ ਰਹੀ, ਕਾਫੀ ਵਾਰੀ ਸਾਨੂੰ ਮਤਲਬ ਕਿ ਰਿਸਪੋਂਸ ਜਿਹੜਾ ਨੈਗੇਟਿਵ ਮਿਲਿਆ। ਉਸ ਤੋਂ ਬਾਅਦ ਹੁਣ ਇਹਦਾ ਲਾਸਟ ਜਿਹੜੀ ਹੁਣ ਪਾਈ ਸੀ ਉਹਦੇ ਵਿੱਚ ਚਲੋ ਜਿਹੜਾ ਰਿਸਪੋਂਸ ਉਹਨਾਂ ਨੇ ਅੱਛਾ ਦਿੱਤਾ ਅਤੇ ਇਹਦੀ ਜਿਹੜੀ ਰਿਲੀਜ਼ ਹੈ ਉਹ ਹਾਈਕੋਰਟ ਵੱਲੋਂ ਕਰ ਦਿੱਤੀ ਗਈ ਆ।
ਉਹਦੇ 15,000 ਦੇ ਦੋ ਬਾਉਂਡ ਕਿਹਾ ਸੀਗੇ ਭਰਨ ਵਾਸਤੇ, ਉਹਦੇ ਭਰਤੇ ਆ, ਫਰਨਿਸ਼ ਕਰਤੇ ਆ। ਅਤੇ ਸੋ ਇਹ ਜਿਹੜੇ ਆ, ਇਸ ਤੋਂ ਪਹਿਲਾਂ ਇਹ ਬੁੜੈਲ ਜੇਲ੍ਹ ਦੇ ਵਿੱਚ ਸੀਗੇ, ਅਤੇ ਬੁੜੈਲ ਜੇਲ੍ਹ ਦੇ ਵਿੱਚ ਇਹਨਾਂ ਦਾ ਜਿਹੜਾ ਲਿੰਕ ਸੀਗਾ ਭਾਈ ਜਗਤਾਰ ਸਿੰਘ ਹਵਾਰਾ ਨਾਲ ਹੋ ਗਿਆ ਸੀ। ਮਤਲਬ ਉੱਥੇ ਇਕੱਠੇ ਰਹਿੰਦੇ ਸੀ, ਉੱਠਣਾ ਬੈਠਣਾ ਇਕੱਠਿਆਂ ਦਾ ਸੀਗਾ। ਅਤੇ ਸੋ ਜਦੋਂ ਬੁੜੈਲ ਜੇਲ੍ਹ ਐਸਕੇਪ ਹੁੰਦੀ ਆ, ਉਹ ਕੇਸ ਵੀ ਜਿਹੜਾ ਸੀਗਾ ਇਹਨਾਂ 'ਤੇ ਪੈ ਗਿਆ ਸੀ, ਜਿਹਦੇ ਵਿੱਚ ਇਹ ਬਰੀ ਹੋ ਗਏ। ਬੰਦੀ ਸਿੰਘਾਂ ਦੀ ਰਿਹਾਈ ਹੋਣ 'ਤੇ ਸਿੱਖ ਸੰਗਤਾਂ 'ਚ ਵੀ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹ ਵਿੱਚ ਨਜ਼ਰਬੰਦ ਸਨ। ਜਿੱਥੇ ਸਿੱਖ ਸੰਗਤਾਂ ਲਈ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਹੋਣਾ ਸਿੱਖ ਸੰਗਤਾਂ ਲਈ ਖੁਸ਼ੀ ਵਾਲੀ ਗੱਲ ਹੈ। ਪਟਿਆਲਾ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।